ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵੱਲੋਂ ਵਿਧਾਨ ਸਭਾ ਵਿੱਚ ਖੁਦ ਨੂੰ ਅੱਤਵਾਦੀ ਦੱਸੇ ਜਾਣ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਨਿਆਂ ਦੇ ਮੰਦਿਰ ਜਿੱਥੇ ਕਾਨੂੰਨ ਬਣਾਏ ਜਾਂਦੇ ਨੇ ਉੱਥੇ ਖੁਦ ਨੂੰ ਅੱਤਵਾਦੀ ਕਿਹਾ। ਇਸ ਦੇ ਲਈ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਜਪਾ ਹਮੇਸ਼ਾ ਅੱਤਵਾਦ ਦੇ ਖਿਲਾਫ ਹੋਣ ਦਾ ਦਾਅਵਾ ਕਰਦੀ ਹੈ, ਪਰ ਇਸ ਮਾਮਲੇ ਦੇ ਵਿੱਚ ਸੱਤਾ ਸੁੱਖ ਲਈ ਚੁੱਪ ਹੈ, ਜੋ ਕਿ ਨਿੰਦਣਯੋਗ ਹੈ। ਅੱਜ ਇੱਥੇ ਵਿਰਸਾ ਸਿੰਘ ਵਲਟੋਹਾ, ਜਿਹੜੇ ਪੰਜਾਬ ਸਰਕਾਰ ਦਾ ਮੁੱਖ ਸੰਸਦੀ ਸਕੱਤਰ ਹੈ, ਉਹਦਾ ਪੁਤਲਾ ਜਿਹੜਾ ਇੱਥੇ ਫੂਕਿਆ ਗਿਆ, ਉਹਦਾ ਕਾਰਨ ਹੈ ਕਿ ਕੱਲ੍ਹ ਵਿਧਾਨ ਸਭਾ ਦੇ ਵਿੱਚ ਉਹਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਮੈਂ ਅੱਤਵਾਦੀ ਸੀ, ਹਾਂ ਔਰ ਰਹਾਂਗਾ। ਉਹਦੇ ਵਿਰੋਧ ਦੇ ਵਿੱਚ ਇਸ ਅੱਜ ਜਿਹੜਾ ਉਹਦਾ ਪੁਤਲਾ ਇੱਥੇ ਫੂਕਿਆ ਗਿਆ, ਕਿਉਂਕਿ ਇੱਕ ਪਾਸੇ ਤਾਂ ਅਕਾਲੀ ਭਾਜਪਾ ਜਿਹੜੀ ਸਰਕਾਰ ਹੈ, ਜਿਹਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ, ਉਹ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਦੁਆਈ ਦਿੰਦੇ ਨੇ ਕਿ ਅੱਤਵਾਦ ਦੇ ਖਿਲਾਫ਼ ਲੜਾਈ ਲੜਨ ਦੀ ਲੋੜ ਹੈ, ਅੱਤਵਾਦ ਦੇ ਖਿਲਾਫ਼ ਲੜਾਈ ਲਈ ਹਰ ਹੀਲਾ ਵਰਤਿਆ ਜਾਊਗਾ। ਦੂਜੇ ਪਾਸੇ ਉਹ ਪਵਿੱਤਰ ਮੰਦਿਰ ਜਿੱਥੇ ਕਾਨੂੰਨ ਬਣਦੇ ਆ ਦੇਸ਼ ਦੇ, ਜਿੱਥੇ ਪੰਜਾਬ ਸਟੇਟ ਦੇ ਕਾਨੂੰਨ ਬਣਦੇ ਆ, ਉਹਦੇ ਵਿੱਚ ਜੇ ਕੋਈ ਬੰਦਾ ਕਹਿ ਦਿੰਦਾ ਆਪਣੇ ਆਪ ਨੂੰ ਅੱਤਵਾਦੀ ਆ, ਉਹਦੇ ਵਿਰੋਧ 'ਚ ਅੱਜ ਉਹਦਾ ਇੱਥੇ ਪੁਤਲਾ ਫੂਕਿਆ ਗਿਆ। ਔਰ ਸਾਡੀ ਪੁਰਜ਼ੋਰ ਮੰਗ ਹੈ ਉਹਦੇ ਉੱਤੇ ਦੇਸ਼ ਧਰੋਹੀ ਦਾ ਜਿਹੜਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ। ਔਰ ਜਿਹੜਾ ਬੀਜੇਪੀ ਦਾ ਵੀ ਚਿਹਰਾ ਉਹ ਨੰਗਾ ਆਇਆ ਇਹਦੇ ਵਿੱਚ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਇਹ ਗੱਲ ਕਹੀ ਗਈ ਹੈ, ਉਹਨਾਂ ਨੂੰ ਪੰਜਾਬ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਸੀਗਾ, ਵਿਰਸਾ ਸਿੰਘ ਵਲਟੋਹੇ ਦੇ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਸੀਗੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।